ਮਜ਼ਦੂਰਾਂ ਦੇ ਅਤੇ ਗਰੀਬ ਲੋਕਾਂ ਦੇ ਪ੍ਰਵਾਸ ਨੂੰ ਲੈ ਕੇ ਜਿਸ ਕਿਸਮ ਦੀਆਂ ਕਹਾਣੀਆਂ, ਜਿਸ ਕਿਸਮ ਦੇ ਇਮੇਜਸ, ਜਿਸ ਕਿਸਮ ਦੇ ਵੀਡੀਓਜ਼ ਅੱਜ ਕੱਲ੍ਹ ਇੰਡੀਆ 'ਚੋਂ ਆ ਰਹੇ ਨੇ, ਉਹ ਨਾ ਸਿਰਫ ਇੰਡੀਆ ਲਈ ਬਲਕਿ ਇੰਡੀਅਨ ਓਰਿਜਿਨ ਦੇ ਹਰ ਬੰਦੇ ਲਈ ਇੱਕ ਗਲੋਬਲ ਐਮਬੈਰਸਮੈਂਟ ਹੈ, ਸ਼ਰਮਸ਼ਾਰੀ ਦਾ ਕਾਰਨ ਬਣਿਆ ਹੋਇਆ। ਕਰੋਨਾ ਕੋਈ ਸਿਰਫ ਇੰਡੀਆ 'ਚ ਹੀ ਨਹੀਂ ਚੱਲ ਰਿਹਾ, ਸਾਰੀ ਦੁਨੀਆ ਦੇ ਮੁਲਕ ਕਰੋਨਾ ਦੀ ਸਿਚੁਏਸ਼ਨ ਨਾਲ ਡੀਲ ਕਰ ਰਹੇ ਨੇ। ਜੇ ਮੈਂ ਕੈਨੇਡਾ ਦੀ ਇਗਜ਼ਾਮਪਲ ਦੇਵਾਂ, ਇੱਥੋਂ ਦੀ ਸਰਕਾਰ ਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਅਨਾਊਂਸ ਕੀਤੇ ਨੇ, ਉਹਦੇ ਵਿੱਚ ਦੋ ਦਾ ਹੀ ਮੈਂ ਜ਼ਿਕਰ ਕਰਾਂਗਾ। ਇੱਕ ਹੈ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ। ਹਰ ਉਹ ਕੈਨੇਡੀਅਨ, ਚਾਹੇ ਉਹ ਸਿਟੀਜ਼ਨ ਹੈ, ਚਾਹੇ PR ਹੈ, ਚਾਹੇ ਈਵਨ ਸਟੂਡੈਂਟਸ ਵੀ ਨੇ, ਜਿਨ੍ਹਾਂ ਦੀ ਇਨਕਮ ਜਾਂ ਜਿਨ੍ਹਾਂ ਦੀ ਜੌਬ ਕਰੋਨਾ ਕ੍ਰਾਈਸਿਸ ਕਰਕੇ ਗਈ ਹੈ, ਉਹਨਾਂ ਨੂੰ ਹਰ ਮਹੀਨੇ $2,000 ਕੈਨੇਡੀਅਨ ਸਰਕਾਰ ਦਿੰਦੀ ਹੈ, ਔਰ ਅਗਲੇ ਕੁਝ ਮਹੀਨੇ ਤੱਕ ਇਹ ਜਾਰੀ ਰਹਿਣਾ। ਅਤੇ ਇਸੇ ਤਰ੍ਹਾਂ ਜਿਹੜੇ ਲੋਕ ਕਿਰਾਏ 'ਤੇ ਰਹਿੰਦੇ ਨੇ ਅਤੇ ਜਿਨ੍ਹਾਂ ਨੂੰ ਹੁਣ ਕਿਰਾਇਆ ਦੇਣ ਦੀ ਦਿੱਕਤ ਆ ਜਾਏਗੀ, ਉਹਨਾਂ ਵਾਸਤੇ ਪ੍ਰੋਵਿੰਸ਼ਲ ਸਰਕਾਰਾਂ ਨੇ ਜਾਂ ਤਾਂ ਡਾਇਰੈਕਟ ਮਦਦ ਦਾ ਐਲਾਨ ਕੀਤਾ ਹੈ, ਅਤੇ ਜਾਂ ਬਹੁਤ ਸ਼ੁਰੂ ਦੇ ਵਿੱਚ ਹੀ ਲੈਂਡਲੋਰਡ ਨੂੰ ਇਹ ਮੈਸੇਜ ਦੇ ਦਿੱਤਾ ਗਿਆ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਕਿਰਾਇਆ ਕੋਈ ਨਹੀਂ ਦੇ ਸਕਦਾ, ਉਸ ਕਰਕੇ ਉਸਦਾ ਘਰ ਖਾਲੀ ਨਾ ਕਰਵਾਇਆ ਜਾਵੇ, ਉਸਨੂੰ ਘਰੋਂ ਜਾਣ ਲਈ ਮਜਬੂਰ ਨਾ ਕੀਤਾ ਜਾਵੇ। ਹੋਰ ਬਹੁਤ ਸਾਰੇ ਬੈਨੀਫਿਟਸ ਨੇ ਜਿਹੜੇ ਕੰਪਨੀਜ਼ ਲਈ ਅਨਾਊਂਸ ਕੀਤੇ ਗਏ ਨੇ, ਬਿਜ਼ਨਸ ਲਈ ਅਨਾਊਂਸ ਕੀਤੇ ਗਏ ਨੇ। ਅਤੇ ਪਿਛਲੇ ਦਿਨਾਂ ਦੌਰਾਨ ਇੱਕ ਰਿਪੋਰਟਾਂ ਇਸ ਕਿਸਮ ਦੀਆਂ ਆਈਆਂ ਕਿ ਕੁਛ ਲੋਕ ਇਹਨਾਂ ਦੀ ਦੁਰਵਰਤੋਂ ਕਰ ਰਹੇ ਨੇ, ਅਤੇ ਇਹ ਸਵਾਲ ਪ੍ਰਾਈਮ ਮਿਨਿਸਟਰ ਨੂੰ ਵੀ ਪੁੱਛਿਆ ਗਿਆ, ਤਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਵਾਬ ਦਿੱਤਾ ਕਿ ਇਸ ਵੇਲੇ ਸਾਡਾ ਫੋਕਸ ਇਸ ਗੱਲ ਦੇ ਉੱਤੇ ਹੈ ਕਿ ਲੋੜਵੰਦ ਲੋਕਾਂ ਦੀ, ਜਿਹੜੇ ਲੋਕ ਮੁਸੀਬਤ 'ਚ ਫਸੇ ਨੇ, ਉਹਨਾਂ ਦੀ ਮਦਦ ਕੀਤੀ ਜਾਏ। ਜੋ ਗੜਬੜਾਂ ਹੋ ਰਹੀਆਂ ਨੇ, ਗਲਤੀਆਂ ਹੋ ਰਹੀਆਂ ਨੇ, ਉਹਨਾਂ ਵੱਲ ਅਸੀਂ ਬਾਅਦ ਵਿੱਚ ਆਵਾਂਗੇ, ਬਾਅਦ ਦੇ ਵਿੱਚ ਉਹਨਾਂ ਦਾ ਹਿਸਾਬ ਕਿਤਾਬ ਕਰਾਂਗੇ। ਸੋ ਕਹਿਣ ਦਾ ਮਤਲਬ ਹੈ ਕਿ ਇਹੋ ਜਿਹਾ ਕੰਪੈਸ਼ਨ ਸਰਕਾਰਾਂ 'ਚ ਹੋਣਾ ਚਾਹੀਦਾ, ਔਰ ਗਵਰਨਮੈਂਟ ਆਫ ਇੰਡੀਆ ਵੀ ਬਹੁਤ ਕੁਛ ਕਰ ਰਹੀ ਹੈ, ਪਰ ਜੇ ਉਸਦਾ ਰਿਸਪੌਂਸ ਹੋਰ ਕੰਪੈਸ਼ਨੇਟ ਹੋਵੇ, ਇੰਡੀਅਨ ਸਮਾਜ ਦਾ ਰਿਸਪੌਂਸ ਆਪਣੇ ਗਰੀਬ ਲੋਕਾਂ ਲਈ ਹੋਰ ਕੰਪੈਸ਼ਨੇਟ ਹੋਵੇ, ਤਾਂ ਇਹਦੇ ਨਾਲ ਟਰੂ ਇੰਡੀਅਨ ਸਪਿਰਿਟ ਸਾਹਮਣੇ ਆ ਸਕਦੀ ਹੈ। ਪਿਛਲੇ ਦਿਨਾਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਇਸ ਕਿਹੋ ਜਿਹੀਆਂ ਕਹਾਣੀਆਂ ਸ਼ੇਅਰ ਕੀਤੀਆਂ ਜਾਂ ਕਮੈਂਟ ਸ਼ੇਅਰ ਕੀਤੇ ਕਿ ਜੋ ਇਹ ਕ੍ਰਾਈਸਿਸ ਦੁਨੀਆ 'ਚ ਕਰੋਨਾ ਦਾ ਫੈਲਿਆ, ਇਸ ਕਰਕੇ ਫੈਲਿਆ ਕਿਉਂਕਿ ਚਾਈਨੀਜ਼ ਲੋਕ ਜਾਨਵਰਾਂ ਨਾਲ ਬਹੁਤ ਜ਼ੁਲਮ ਕਰਦੇ ਨੇ, ਅਤੇ ਉਸ ਜ਼ੁਲਮ ਦੀ ਸਜ਼ਾ ਪਰਮਾਤਮਾ ਨੇ ਦਿੱਤੀ ਹੈ। ਅਤੇ ਜੋ ਸਾਡੀ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਦੀ ਧਰਤੀ ਹੈ, ਸਾਡੇ ਸਾਰੇ ਧਰਮਾਂ ਦੇ ਵਿੱਚ ਇਹ ਮੰਨਿਆ ਗਿਆ ਕਿ ਪਰਮਾਤਮਾ ਦੀ ਸਭ ਤੋਂ ਉੱਚੀ ਕ੍ਰੀਏਸ਼ਨ ਇਨਸਾਨ ਹੈ, ਅਤੇ ਜੇ ਜਾਨਵਰਾਂ ਨੂੰ ਨਾਲ ਕੀਤੇ ਜ਼ੁਲਮ ਦੀ ਸਜ਼ਾ ਇੰਨੀ ਵੱਡੀ ਹੋ ਸਕਦੀ ਹੈ ਜਿਵੇਂ ਕਿ ਕੁਛ ਦੋਸਤ ਕਹਿ ਰਹੇ ਨੇ, ਤਾਂ ਫਿਰ ਜੋ ਜੁਰਮ ਅਸੀਂ ਇਨਸਾਨਾਂ ਨਾਲ ਕਰ ਰਹੇ ਹਾਂ, ਜਿਸ ਕਿਸਮ ਦੀ ਬੇਦਰਦੀ ਨਾਲ ਇਨਸਾਨਾਂ ਨਾਲ ਪੇਸ਼ ਆ ਰਹੇ ਹਾਂ, ਤਾਂ ਉਸਦੀ ਕੀ ਸਜ਼ਾ ਹੋਏਗੀ, ਉਸਦਾ ਅੰਦਾਜ਼ਾ ਵੀ ਸਾਨੂੰ ਲਾ ਲੈਣਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਗਰੀਬ ਲੋਕ ਸੜਕਾਂ 'ਤੇ ਆਪਣੇ ਬੱਚਿਆਂ ਨੂੰ ਲੈ ਕੇ, ਬਜ਼ੁਰਗਾਂ ਨੂੰ ਲੈ ਕੇ ਤੁਰੇ ਜਾ ਰਹੇ ਨੇ, ਜਿਹੋ ਜਿਹੀਆਂ ਉਹਨਾਂ ਦੀਆਂ ਕਹਾਣੀਆਂ ਨੇ, ਉਹਨਾਂ ਨੂੰ ਲੈ ਕੇ ਸਾਨੂੰ ਦੂਰ ਬੈਠਿਆਂ ਨੂੰ ਵੀ ਸ਼ਰਮ ਆ ਰਹੀ ਹੈ। ਔਰ ਅਸੀਂ ਇਸ ਮੁਲਕ ਦੇ, ਕੈਨੇਡਾ ਦੇ ਵਿੱਚ ਅਸੀਂ ਇੱਥੋਂ ਦੇ ਜੰਮਪਲ ਨਹੀਂ ਹਾਂ, ਅਸੀਂ ਦੂਸਰੇ ਮੁਲਕਾਂ 'ਚੋਂ ਇਸ ਮੁਲਕ 'ਚ ਆਏ ਹਾਂ, ਅਸੀਂ ਇਸ ਮੁਲਕ ਨੂੰ ਅਡੋਪਟ ਕੀਤਾ। ਇਹਦੇ ਬਾਵਜੂਦ ਕੈਨੇਡੀਅਨ ਸਰਕਾਰ ਨੇ ਜਿਸ ਤਰ੍ਹਾਂ ਇੱਥੇ ਰਹਿਣ ਵਾਲੇ ਹਰ ਇਨਸਾਨ ਨੂੰ ਸੰਭਾਲਿਆ ਅਤੇ ਉਹਦੀ ਮਦਦ ਕੀਤੀ ਹੈ, ਅਤੇ ਸਾਡੇ ਵਰਗਿਆਂ ਅੰਦਰ ਵੀ ਇੱਕ ਕੈਨੇਡੀਅਨ ਪ੍ਰਾਈਡ ਪੈਦਾ ਹੋ ਗਿਆ, ਸਾਨੂੰ ਆਪਣੇ ਕੈਨੇਡੀਅਨ ਹੋਣ 'ਤੇ ਮਾਣ ਮਹਿਸੂਸ ਹੋ ਰਿਹਾ। ਅਤੇ ਇੰਡੀਆ ਵੀ ਜੇ ਆਪਣੇ ਗਰੀਬ ਲੋਕਾਂ ਔਰ ਆਪਣੇ ਉਸ ਧਰਤੀ 'ਤੇ ਰਹਿਣ ਵਾਲੇ ਹਰ ਤਰ੍ਹਾਂ ਦੇ ਇਨਸਾਨ ਦੇ ਅੰਦਰ ਇੱਕ ਇੰਡੀਅਨ ਪ੍ਰਾਈਡ ਪੈਦਾ ਕਰਨਾ ਚਾਹੁੰਦਾ, ਤਾਂ ਇਹ ਮੈਸੇਜ ਹਰ ਇਨਸਾਨ ਨੂੰ ਜਾਣਾ ਚਾਹੀਦਾ, ਚਾਹੇ ਉਹ ਗਰੀਬ ਹੈ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਕਿਸੇ ਵੀ ਜਾਤ ਦਾ ਹੈ, ਕਿਸੇ ਵੀ ਪਿਛੋਕੜ ਦਾ, ਕਿ ਇੰਡੀਆ ਦੀਆਂ ਸਰਕਾਰਾਂ ਔਖੇ ਸਮੇਂ ਉਹਨਾਂ ਦੀ ਬਾਂਹ ਫਕੜ ਸਕਦੀਆਂ ਨੇ ਅਤੇ ਉਹਨਾਂ ਨੂੰ ਸੰਭਾਲ ਸਕਦੀਆਂ ਨੇ। ਇਸ ਤਰ੍ਹਾਂ ਦੇ ਮੈਸੇਜ ਨਾਲ ਹੀ ਅਸਲੀ ਟਰੂ ਇੰਡੀਅਨ ਪ੍ਰਾਈਡ
ਇਸ ਮੁਲਕ 'ਚ ਰਹਿਣ ਵਾਲੇ ਲੋਕਾਂ 'ਚ ਪੈਦਾ ਕੀਤਾ ਜਾ ਸਕਦਾ।